वालेकुम नाजरीन आप देख रहे हैं गुलपुर न्यूज़ और मैं हूँ आपका मेज़बान मोहम्मद नदीम चौधरी आज हम इस वक्त मौजूद हैं गेहूँ मूली नाला के मकाम पर यहाँ पर आप मेरे पीछे ये मनाज़र देख सकते हैं ये गेहूँ मूली नाला के मनाजर हैं और यहाँ से जो गुजरने वाला नाला है इस नाले के आस पा आर पार दोनों तरफ पर यहाँ पर आबादी है तो बारिश जब होती है तो ये नाले के उस पार जो आबादी है उन लोगों को इस तरफ आने के लिए मुश्किल का सामना करना पड़ता है जब तक बारिश का सिलसिला रुक नहीं जाता या पानी का बहाव कम नहीं हो जाता ये लोग अपने घरों में महदूद रहते हैं अगर कोई बीमार हो जाए कोई कोई भी इस तरह का मामला हो जाए तो इनको मरीज़ बीमार को अस्पताल ले जाने में भी, भी मुश्किल का सामना करना पड़ता है अगर कोई फोतकी हो जाए तो तब भी इन लोगों को बेशुमार मुश्क का सामना करना पड़ता है तो अभी इस वक्त हमारे साथ अह इलाका के लोग मौजूद हैं तो आज इन से इस वाले से बात करते हैं कि आज जो यहाँ पर काम शुरू हुआ है इस वाले से वो उनसे बात करते हैं वो क्या करते हैं असलम जी वाल जी क्या ठीक हो ठीक ठाक जी साहब ठीक हो ठीक ठाक का शुक्र है ये गलो कि जरा काम शुरू कराने पे हो यहाँ नाला आसा तकना कि काफ़ी अर्से थे मुश्किल का सामना करना पेना जो कम आज शुरू होया हुआ ਸਿਆਸੀ ਜਮਾਤਾਂ ਅ ਉਸਨੂੰ ਕਿ ਕੋਈ ਦਿੱਤਾ ਫੰਡ ਸ਼ਾਂਡ ਜਾਂ ਕੋਈ ਉਹਨਾਂ ਦੀ ਤਰਫੋਂ ਕੋਈ ਸਕੀਮ ਹੀ ਜਾਂ ਆਪਣੀ ਮਦਦ ਆਪਨੇ ਕਰ ਇਹ ਕੋਈ ਕਿਸੇ ਸਿਆਸੀ ਜਮਾਤਾਂ ਨਹੀਂ ਦਿੱਤਾ ਜੀ ਇਹ ਅਸਾਂ ਸਿਆਸੀ ਜਮਾਤਾਂ ਨਾਲ ਕੋਲ ਜਾਣੇ ਰਿਆਂ ਪੇਪਰ ਬਣਾਈ ਖੰਨੇ ਰਿਆਂ اسلام آباد ਜੀ ਗਏ ਆ ਚੌਧਰੀ ਯਾਸੀ ਨਾਲ ਕੋਲ ਗਏ ਆ ਸਾਰੇ ਇਹ ਆ ਜੀ ਮੇ ਕੋਈ ਤਾਵਨ ਕਰੋ ਤਾਂ ਇਹ ਅਸਾਂ ਕੋਈ ਤਿਆਰ ਕਰੀ ਕਿੰਨਾ ਜੀ ਅੱਛਾ ਤੇ ਐਸੇ ਬੜੀਆਂ ਇੱਥੇ ਪਰੇਸ਼ਾਨੀਆਂ ਆ ਬੰਦੇ ਜਾਣੇ ਸਾਰੇ ਰਾਰ ਪਾਰ ਦਾ ਇੱਥੇ ਕਈ ਵਾਰੀ ਬਜ਼ੁਰਗ ਵੀ ਟੇਣੇ ਰੇ

ਇਹ ਜਿਹੜੀ ਨਾ ਪੁਲੀਜੀ ਬਣਾਈ ਤਰੋ ਇਹ ਜਿਹੜੀ ਪੁਲੀ ਜਿਹੜਾ ਕੰਮ ਸ਼ੁਰੂ ਕਰਾਇਆ ਤੁਸੀਂ ਆਪਨੀ ਜੇਬ ਵਿੱਚ ਖਰਚਾ ਕਰਨੇ ਪਿਓ ਇਹ ਮਾੜਾ ਬੱਚਾ ਹੈ ਜਿੱਥੇ ਤੌਇਦ ਫਰੂਖ ਅੱਛਾ ਉਹ ਨਾ ਬਾ ਪੈਸੇ ਸਾਰੇ ਮੈਂ ਲਾਸਾਂ ਤੇ ਸ਼ਹਾਦਤ ਮੁਹੰਮਦ ਇਹ ਆਹਨੇ ਤੁਹਾਨੂੰ ਲਾਸਾਂ ਅੱਬਾ ਤੂੰ ਜਾਈਂ ਤੇ ਉਥੇ ਪੁਲੀ ਬਣਾ ਤੇ ਰਸਤਾ ਜਿਹੜਾ ਨਾ ਇਹ ਸਾਰਾ ਬੰਦਿਆ ਹੁੰਸੀ ਜਿਹੜਾ ਨਾ ਸਾਨੀ ਪੈਦਾ ਕਰ ਇਹ ਪੂਰਾ ਮਹੱਲਾ ਹੁਸੀਨਾ ਜੀ ਇਹ ਕਿਤਨੇ ਕ ਘਾਰ ਹੈ ਇਹ ਮਹੱਲਾ ਕਾਫੀ ਸਾਰਾ ਜੀ ਉਹ ਪਾਰ ਵੀ ਘਾਰ ਹੈ ਇਧਰਾਰ ਪਾਰ ਵੀ ਕਾਫੀ ਤਰੇ ਘਾਰੇ ਆਂ ਜੀ ਅੱਛਾ ਤੇ तकरीबन کافی سارے ਘਾਰੇ ਆਤਰੀ 35 ਘਾਰੇ ਤੇ ਇਸ ਦੇ ਵਿੱਚ ਜਿਆਦਾ ਜਿਹੜਾ ਨਾ ਤਾਵਨ ਕੀ ਲੜ ਕਰੀ ਜਾਂ ਨਾਲ ਮਾੜੇ ਕਹਿੰਦਾ ਆਤਫ ਇਹ ਮਾੜਾ ਪਤਰੀ ਆ ਹੀ ਲਾਉਣਾ ਜੀ ਇਹਨਾਂ ਦੇ ਵਾਲਦ ਦਾ ਨਾਮ ਅਬਦੁਰ ਰਜ਼ਾਕ ਸੀ ਜੀ ਤੇ ਇਹ ਚੌਧਰੀ ਯਸੀਨ ਆਰੇ ਮਕਸੀਨ ਆਰ ਤੇ ਚੌਧਰੀ ਯਸੀਨ ਨਹੀਂ ਮਕਸੀਨ ਆਰੇ ਜੀ ਤੇ ਇਹ ਜਿਹੜਾ ਨਾ ਕਿਆ ਨਾ ਜੀ ਤਸੀਨ ਆਰ ਇਹ ਨਾਲ ਮਿਲੀ ਜੁਲੀ ਅਸਾ ਸਾਰੇ ਜਿਹੜਾ ਨਾ ਇਹ ਕਮਸ਼ਮ ਕਰਾਈ ਰਹੇ ਆ ਤੇ ਇਹ ਬੰਦੇ ਮਾਰੇ ਨੂੰ ਤਾਮਨ ਕਰਨੇ ਪਏ ਹੋਰ ਬੰਦੇ ਮੈਂ ਇਥਾ ਕੋਈ ਤੱਕੇ ਤੇ ਨਾ ਮੈਂ ਸਿਆਸੀ ਲੀਡਰ ਤੱਕੇ ਜਿਹੜਾ ਸਿਆਸੀ ਲੀਡਰ ਜਿਹਨਾਂ ਨੂੰ ਆਪਣਾ ਮਤਲਬ ਹੋਣਾ ਤਾਂ ਉਹ ਅਸ਼ਨੇ ਜੀ ਵੋਟਾਂ ਹੁੰਦੀਓ ਸਾ ਆਇਆ ਕਰਸਾ ਉਹ ਕਰਸਾ ਲੇਕਿਨ ਕੁਝ ਨਹੀਂ ਤੱਕਿਆ ਭਾਈ ਤੁਸੀਂ ਜਿਹੜੇ ਸਿਆਸੀ ਜਿਹੜੇ ਲੀਡਰ ਆਉਣੇ ਦੱਸਨੇ ਉਹਨਾਂ ਕੋਲ ਉਹਨਾਂ ਕੀ ਤੁਸੀਂ ਵੋਟ ਵੀ ਦੇਣੇ ਰਿਹਾ ਉਹਨਾਂ ਕੋਲ ਜਾਣੇ ਰਿਹਾ ਤਾਂ ਉਸ ਕੀ ਬਾਣੇ ਉਹਨਾਂ ਭਾਈ ਹੋਸੀਨਾ ਕਸਾ ਕੰਮ ਤੁਸੀਂ ਕਿ ਕਰਾਈ ਦੇਸਾਂ ਜਾਂ ਇਸ ਲਈ ਅੱਜ ਨਹੀਂ ਕੱਲ ਨਹੀਂ ਇਸ ਤਰ੍ਹਾਂ ਕੋਈ ਨਾ ਕੋਈ ਉਹਨਾਂ ਭਾਇਆ ਤਾਂ ਹੋਸੀਨਾ ਆਖਨੇ ਜੀ ਕਿ ਇਸ ਤਰ੍ਹਾਂ ਕਿ ਉਹਨਾਂ ਭਾਇਆ ਜੀ ਕਿ ਤੁਸੀਂ ਪੇਪਰ 'ਚ ਪਰ ਬਣਾਓ ਤਾਂ ਅਸਾਂ ਤੁਹਾਂ ਕੀ ਪੋਲੀ ਬਣਾਈ ਦੇਸਾਂ ਤਾਂ ਉਹਨਾਂ ਕੋਲ ਗਏ ਆ ਲੇਕਿਨ ਉਹ ਆਖਨੇ ਜੀ ਤੁਹਾਨੂੰ ਪੈਸੇ ਕੋਲੂ ਬੋ ਤਕੂ ਜਸੋਂ ਦੇਸੋ ਤੇ ਇਹ ਪੇ ਇਹ ਗੱਲ ਸੀ ਕੁਛ ਬਾਈ ਪੇਪਰ ਬਨਵਾਉ ਤਾ ਅਸਾਂ ਦਸੋ ਕਿ ਚੋਦਰੀ ਯਾਸੀਨ ਸਾਹਿਬ ਕੋ ਯਾਸੀਨ ਜੀ ਜੀ ਤੇ ਉਹ ਹਨੇ ਜੀ ਠੇਕਦਾਰ ਸਾਡਾ ਹੋ ਸੀ ਅਸਾਂ ਆਪਣੇ ਠੇਕਦਾਰਾ ਕੋਲ ਬਨਵਾਸਾ ਅੱਛਾ ਪੈਸੇ ਅਸਤੂ ਸਾਵੀ ਦੇਸੋ ਜੀ ਤੇ ਪੈਸੇ ਅਸਾਂ ਵੀ ਬਣਸੇ ਲੇਕਿਨ ਉਹਨਾਂ ਫਿਰ ਵੀ ਸਾਡੇ ਨਾਲ ਅਸਾਂ ਕੋਈ ਪੈਸਾ ਜਸਾ ਨਹੀਂ ਦਿੱਤਾ ਲਿਆਦਾ ਅਸਾਂ ਬੜੇ ਸੋਚੀ ਸੋਚੀ ਤੇ ਕਾਫੀ ਅਰਸਾ ਗੁਜ਼ਰੀ ਗਿਆ ਤੇ ਫਿਰ ਅਸਾਂ ਆਪਣਾ ਫੈਸਲਾ ਆਪੂ ਕੀਤਾ ਕਿ ਅਸਾਂ ਜਿਹੜਾ ਨੇ ਜਲਦੀ ਜਲਦੀ ਇਸ ਕੀ ਕਈ ਸਾਰੇ ਬਜ਼ੁਰਗ ਫਤ ਹੋਈਏ ਤਾਂ ਉਹਨਾਂ ਦੀ ਖੁਸ਼ੀ ਸੀ ਕਿ ਇੱਥੇ ਜਦ ਪੁਲੀ ਬਣਤੀ ਜਾਏ ਲੇਕਿਨ ਉਹ ਵੀ ਟੁੱਟ ਗਏ ਤਾਂ ਹੁਣ ਜਿਹੜੀ ਸਾਡੀ ਬਾਕੀ ਜਿਹੜੇ ਮਖਲੂਕ ਰਹਿਣੇ ਜਾਂ ਬਜ਼ੁਰਗ ਰਹਿਣੇ ਜਾਂ ਬੱਚੇ ਨੂੰ ਇਹ ਜੋ ਕੁਝ ਵੀ ਹੈ ਤਾਂ ਅਸਾਂ ਚਾਹਣੇ ਕਿ ਜਲਦੀ ਜਲਦੀ ਬਣਾ ਕੇ ਅਸਾਂ ਵੀ ਕੱਲ ਟੁੱਟੀ ਜਾਣਾ ਤਾਂ ਸਾਡੇ ਪਿੱਛੇ ਜਿਹੜਾ ਨਸਲਾਂ ਅਛਣੀ ਆ ਉਹ ਥੋੜਾ ਸਹੂਲਤ ਵੈ ਜਾਂ ਬਜ਼ੁਰਗਾਂ ਕੀ ਵੈ ਜਿਹੜੇ ਬਿਮਾਰ ਮਾਂਦੇ ਤੱਤੇ ਨੂੰ ਉਹ ਰਾਰਪਾਰ ਹੋਈ ਜਾਣ ਹੈ ਜੀ ਤੇ ਇਹ ਤੁਸੀਂ ਅਗਰ ਆਪਣੀ ਜੇਬ ਵਿੱਚ ਖਰਚਾ ਕਰੀਏ ਬਨਵਾਨ ਲਏ ਹੋ ਤਾਂ ਫਿਰ ਜਿਹੜੇ ਸਾਡੇ ਹਲਕੇ ਨੇ ਜਿਹੜੇ ਲੀਡਰ ਏ ਉਹਨਾਂ ਕੀ ਤੁਸੀਂ ਕਹਿਆ ਆਖਸੋ ਕਿ ਅਗਰ ਤੁਸੀਂ ਅਗਰ ਇਹ ਕੰਮ ਤੁਸੀਂ ਆਪੂ ਕਰਾਉਣੇ ਹੋ ਆਪਣੀ ਜੇਬ ਵਿੱਚ ਖਰਚਾ ਕਰਨੇ ਹੋ ਤਾਂ ਉਹ ਵੋਟ ਕੀ ਨਸਤੇ ਅਸ਼ ਨੇ ਆਸਾਂ ਆਣੇ ਕਿ ਤੂੰ ਜਿਹੜੇ ਆਮ ਨੇ ਮਸਾਇਲ ਏ ਉਹਸਾਂ ਉਹ ਹੱਲ ਕਰਨਾ ਜਾਣੇ ਆ ਉਹਨਾਂ ਵਾਸਤੇ ਤੁਸੀਂ ਕਹਿਆ ਪੇਗਾਮ ਦੇ ਇਹ ਦੇਖ ਜਾਨੇ ਜੀ ਹਲਕੇ ਨੇ ਜਿਹੜੇ ਬੰਦੇ ਲੀਡਰ ਨੇ ਉਹ ਆਪਣੇ ਸੇ ਸਾਰਾ ਕੁਝ ਬਣਾਣੇ ਕੋਈ ਇਸਲਾਮਾਬਾਦ ਕੋਠੀਆਂ ਬਣਾਈਆਂ ਨੇ ਕੋਈ ਹਾਊਸਿੰਗ ਸਕੀਮ ਹੀ ਬਣਾਈਆਂ ਨੇ ਸਾਰਾ ਜਿਹੜਾ ਉਹਨਾਂ ਆਪਣੇ ਸੇ ਸੋਚਿਆ ਤਾਂ ਇਮਰਾਨ ਖਾਨ ਸੇ ਹੀ ਬਣਾਉਣਾ ਸੀ ਕਿ ਇਹ ਲੀਡਰ ਜਿਹੜੇ ਨੇ ਆਪਣੇ ਆਪ ਅਸੇ ਆਪੂ ਹੀ ਬੰਨੇ ਜੇ ਪੈਸੇ ਬਣਾਉਣੇ ਸੇ ਬੰਨੇ ਕਿ ਇਹ ਜਿਹੜਾ ਬੰਦਿਆ ਨਹੀਂ ਸੋਲਤ ਉਸੇ ਨਹੀਂ ਬੰਨੇ ਉਹ ਸਿਰਫ ਉਹਨਾਂ ਕੀ ਉਸਲਾ ਮਤਲਬ ਆਉਣਾ ਜਿਸਲਾ ਉਹਨਾਂ ਨੂੰ ਵੋਟ ਚਾਹੀਦੀ ਹੋਣੇ ਜੇ ਤਾਂ ਇਸ ਤੋਂ ਬੜੀ ਦਮ ਹੈ ਹੋਰ ਕਾਹੀ ਸੁਣਾ ਜੀ ਦਾ ਇਨਸ਼ਾਅੱਲਾ ਤੁਸੀਂ ਸਾਰੇ ਦੁਆ ਕਰੋ ਕਿ ਇਹ ਜਿਹੜਾ ਅਸਾਂ ਕੰਮ ਸ਼ੁਰੂ ਕੀਤਾ ਹੋਇਆ ਇਹ ਮੁਕੰਮਲ ਹੋਈ ਜਾਏ ਤਾਂ ਫਿਰ ਇਨਸ਼ਾਅੱਲਾ ਸਭ ਤੇ ਇਹ ਗੱਲ ਦੱਸੋ ਕਿ ਜਿਹੜਾ ਇਹ ਪ੍ਰੋਜੈਕਟ ਆ ਇਸਨੇ ਪਰ ਜਿਹੜਾ ਕੋਈ ਹਿਸਾਬ ਕਿਤਾਬ ਲਾਇਆ ਉਸੇ ਕਿ ਤਰ੍ਹਾਂ ਖਰਚਾ ਇਸ ਸੀ ਇਸਨੇ ਇਹ ਕੋਈ 15 15-20 ਲੱਖ ਲਗਸੀ ਜੀ ਥੇ ਤਾਂ ਰੋ 20 ਲੱਖ ਰੁਪਇਆ 20 ਲੱਖ ਜੀ ਜੀ ਤੇ ਇਹ ਇਨਸ਼ਾਅੱਲਾ ਸਾ ਇਸ ਕੀ ਮੁਕਮਲ ਕਰੀ ਤਾਂ ਇੱਥੇ ਨਿਆਜ਼ ਦੇਸੋ ਤੇ ਦੁਆ ਕਰਾਸੋ ਸਾਰੇ ਅਸੀਂ ਜਿਤਨੇ ਬਜ਼ੁਰਗ ਫੋਟ ਹੋਏ ਜਿਹੜੇ ਤੁਖ ਰਸਤੇ ਪਾਰ ਤਰਾਰ ਕਰਨੇ ਰਹੇ ਉਹਨਾਂ ਦੇ ਨਾਂ ਪਰ ਸਾਰੇ ਜਿਹੜਾ ਉਹਨਾਂ ਸਾਰੇ ਸੇ ਦੁਆ ਕਰਾਸੋ ਤੇ ਉਹਨਾਂ ਬਜ਼ੁਰਗਾਂ ਕੀ ਜਿਹੜਾ ਨਾ ਸਾਰੇ ਕੀ ਇਸ ਪੁਲੀ ਨੀ ਤਰਾਰ ਪਾਰ ਜਿਹੜਾ ਨਾ ਜਿਹੜਾ ਨਾ ਦੁਆ ਲੱਗਿਆ ਜੀ ਸਾਰੇ ਇਹ ਭਾਰੀ ਭਾਈ ਫਾਰੂਖ ਕਰਨੀ ਤੁਸੀਂ ਗੱਲਾਂ ਸੁਣੀਆਂ ਇਹ ਆਹਨੇ ਕਿ ਅਸਾਂ ਸਿਆਸੀ ਜਿਹੜੇ ਲੀਡਰ ਨੇ ਉਹਨਾਂ ਕੋਲ ਗਏ ਆ ਉਹਨਾਂ ਆਖਿਆ ਜੀ ਤੁਸੀਂ ਪੇਪਰ ਵਰਕ ਮੁਕੰਮਲ ਕਰੋ ਤੇ ਅਸਾਂ ਤੁਸਾਂ ਕੀ ਇਹ ਪੂਲੀ ਦੇਸਾਂ ਅੱਧੇ ਪੈਸੇ ਫਿਰ ਤੁਸੀਂ ਬਾਸੋ ਜੀ ਸੋਚਣ ਵਾਲੀ ਗੱਲ ਇਹ ਹੈ ਕਿ ਪੇਪਰ ਵਰਕ ਵੀ ਨਾ ਮੁਕੰਮਲ ਕੀਤਾ ਤੇ ਮੁੜੀ ਉਹਨਾਂ ਇਹ ਗੱਲ ਵੀ ਬਾਈ ਕਿ ਅੱਧੇ ਪੈਸੇ ਤੁਸੀਂ ਬਾਸੋ ਅੱਦੇ ਇਹ ਬਾਣਾ ਕਰ ਤੇ ਉਸਨੇ باوجود ਇਹ ਨਾ ਕਿ ਉਹ ਪੈਸੇ ਜਾਂ ਉਹਨਾਂ ਨਾਲ ਸਕੀਮ ਇਹਨਾਂ ਕਿ ਨਹੀਂ ਦਿੱਤੀ ਗਈ ਤੇ ਇਹ ਆਪਣੀ ਮਦਦ ਆਪਨੇ ਤਹਿਤ ਅਜੇ ਦੁਬਾਰਾ 1215 ਲੱਖ ਰੁਪਏ ਦੱਸਨੇ ਕਿ ਖਰਚ ਹੋ ਸੀ ਤੇ ਇਹ ਉਹ ਪੂਲੀ ਜਿਹੜਾ ਨਾ ਇਹ ਬਨਵਾਸਨ ਲੇਕਿਨ ਇਹ ਇਹਨਾਂ ਜਿਹੜੇ ਸਾਰੇ ਲੀਡਰ ਹੈ ਉਹਨਾਂ ਸੇ ਸਵਾਲੀਆ ਨਿਸ਼ਾਨ ਹੈ ਕਿ ਅਗਰ ਉਹ ਇਹ ਗੱਲ ਬੋਣੇ ਕਿ ਜਿਹੜਾ ਨਾ ਅੱਧੇ ਪੈਸੇ ਤੁਸਾਂ ਬਾਸੋ ਤਾਂ ਅੱਧੇ ਅਸਾਂ ਦੇ ਸਾਂ ਅਗਰ ਬੰਦੇ ਕੋਲ ਪੈਸੇ ਹੋਣ ਤਾਂ ਇਹਨਾਂ ਸਿਆਸੀ ਲੀਡਰਾਂ ਨੇ ਪਿੱਛਾ ਫਿਰ ਟੁਰਨੇ ਦੀ ਬੰਦੇ ਕੀ ਜ਼ਰੂਰਤ ਨਹੀਂ ਪੈਣੀ ਤੇ ਇਸ ਹਵਾਲੇ ਨਾਲ ਜਿਹੜੇ ਸਾਰੇ ਇਹ ਨਾਲ ਇਸਲਾ ਬਾਕੀ ਜਿਹੜੇ ਨਜਵਾਨ ਵੀ ਸਾਥੀ ਮੌਜੂਦ ਹੈ ਉਹਨਾਂ ਕੋਲੋਂ ਵੀ ਪੁੱਛਾਂ ਕਿ ਜਿਹੜਾ ਇਹ ਉਹਨਾਂ ਕੀ ਮੁਸ਼ਕਿਲਾਂ ਤੇ ਪੇਚੀਆਂ ਇਸ ਹਵਾਲੇ ਨਾਲ ਜਿਹੜੇ ਸਿਆਸੀ ਉਹਨਾਂ ਨੇ ਲੀਡਰ ਦੇ ਹਲਕੇ ਨੇ ਉਹਨਾਂ ਨੇ ਹਵਾਲੇ ਨਾਲ ਕੀ ਆਖਣਾ ਤਾਂ ਇਹ ਜਿਹੜਾ ਕੰਮ ਸ਼ੁਰੂ ਕੀਤਾ ਗਿਆ ਉਹ ਇਸ ਹਵਾਲੇ ਨਾਲ ਕੀ ਆਖਣਾ ਹੈ ਅਸਲਾਮੁਅਲੈਕਮ ਵੈਲਕਮ ਸਲਾਮ ਜੀ ਸੁਣਾ ਕਾ ਨਾਇਆ ਆਤਫ ਰਜ਼ਾਕ ਆਤਫ ਰਜ਼ਾਕ ਜੀ ਇਹ ਗੱਲ ਦੱਸੋ ਕਿ ਜਿਹੜਾ ਇਹ ਜਿਹੜਾ ਨਾਲਾ ਆ ਇਸਨੇ ਉੱਪਰ ਪੁਲੀ ਨਹੀਂ ਤਾਂ ਤੁਸੀਂ ਕੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਣਾ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਣਾ ਇਸ ਜਿਹੜੇ ਹਲਕੇ ਨੇ ਲੀਡਰ ਦੇ ਉਹਨਾਂ ਕੀ ਵੋਟ ਸ਼ੋਰਟ ਤੇ ਦੇਣ ਬਿਲਕੁਲ ਪਿਛਾ ਬੋਟ ਦਇਆ ਕਰਨੇ ਰਹੇ ਉਹਨੇ ਕੀ ਦੇਨੇ ਰਹੇ ਆਸਾਂ ਤਾਂ ਆਂਦਾ ਇਨਸ਼ਾ ਅੱਲਾ ਕੁਛੇ ਕੀ ਨਾ ਦੇਨੇ ਆਸਾ ਬੋਟ ਸਾਰੇ ਨੂੰ ਦਾ ਗਲ ਤੁਸੀਂ ਵੀ ਤਾਂ ਜਾਣੇ ਰਹੋ ਉਸੇ ਭਾਈ ਭਾਈ ਫਰੂਕਰ ਤੇ ਬਾਹਰ ਹੋਣੇ ਤੁਸੀਂ ਵੀ ਤਾਂ ਜਾਣੇ ਬਿਲਕੁਲ ਗਏ ਆਰ ਬੰਦੇ ਕੋਲ ਗਏ ਉਹਨੇ ਕੀ ਆਖਿਆ ਆਪਨੇ ਮਸਾਇਲ ਦੱਸੇ ਸਾਰਾ ਕੁਝ ਦੱਸਿਆ ਵਕਤਿਆਂ ਨੇ ਠੀਕ ਹੈ ਜੀ ਇਸਲੇ ਸਕੀਮ ਨੇ ਜਿਸਲੇ ਏਸੀ ਤਾਂ ਉਸਲੇ ਹੱਲ ਕਰਸਾ ਆਸਾ ਦੇਸਾਂ ਸਭ ਕੁਝ ਦੇਸਾਂ ਲੇਕਿਨ ਇਸ ਵੇਲੇ ਜੀ ਕੁਛ ਨਹੀਂ ਦਿੱਤਾ ਦਸਤੋਂ 15 ਸਾਲ ਹੋਈਏ ਕੁਛ ਨਹੀਂ ਦਿੱਤਾ ਕੁਛੇ ਬੰਦੇ ਨਹੀਂ ਕੋਈ ਪੈਸਾ ਤੇ ਲਾਇਆ ਕੋਈ ਕਿਸੇ ਕਿਸਮ ਨੇ ਕੋਈ ਸਕੀਮ ਦਿੱਤੀ ਹੋਇਆ ਤੁਸਾਂ ਨੂੰ ਤਸੌ ਨਾ ਲੀਟਰ ਨੇ ਅਸਤੇ ਕੇ ਆਕਸੋ ਜਿਹੜੇ ਲੀਟਰ ਸਾਡੇ ਹਲਕੇ ਨਹੀਂ ਅਸੋਂ ਨੇ ਕੀ ਗੱਲ ਆਸਾਂ ਜੀ ਕਿ ਸਾਡੇ ਕੋਲ ਅੱਛੀ ਤਾਂ ਆਪਣਾ ਟੈਮ ਜ਼ਿਆ ਨਾ ਕਰੋ ਕੁਛ ਹਾਸਪਾਸ ਜਾਓ ਔਰ ਕੋ ਲੋਕ ਸਹੀ ਵੋਟ ਦੇਣ ਦਾ ਤੁਸੀਂ ਬਣੀ ਜੋ ਤਾਂ ਲਾਦੀ ਗੱਲ ਹੈ ਮੂਲੀ ਨੇ ਲੋਕ ਨਹੀਂ ਦੇਣ ਲਗੇ ਇਨਸ਼ਾ ਅੱਲਾਹ ਇਹ ਤੋਂ ਬਾਅਦ ਤੇ ਇੱਕ ਹੋਰ ਭਾਈਰ ਵੀ ਨਾਲ ਇਹ ਤੁਸਾਂ ਹੀ ਸਵਾਲੇ ਨਾ ਕਾ ਆਪਣੇ ਜੀ ਜੀਸਲਾਮ ਅਲੈਕੁਮ ਇਹ ਗੱਲ ਹੈ ਜੀ ਇਹ ਰਸਤਾ ਜੜਾਇਆ 200 ਫੁੱਟ ਪੁਲੀ ਬਣੀ ਰਹੀ ਹੈ ਭਾਈ ਫਾਰੂਕ ਉਹਨਾਂ ਨੇ ਬੱਚੇ ਇਹ ਬਣਾਈ ਰੇ ਪੁਲੀ ਉਸ ਲਿਹਾਜ਼ ਨਾਲ ਚੌਧਰੀ ਅਲਕਾ ਨੰਬਰ ਚੜ੍ਹੋਈ ਚੌਧਰੀ ਯਾਸੀਨ ਸਾਹਿਬ ਐਮ ਐਲ ਏ ਨੂੰ ਇਸ ਸਾੜੀ ਮੋਲੀ ਨਾਲ ਕੋਈ ਕੰਮ ਨਹੀਂ ਲਿਨੇ ਕੀਤਾ ਇੱਕ ਦਫਾ ਅਲਗ ਇਲੈਕਸ਼ਨ ਤੋਂ ਬਾਅਦ ਉਹਨਾਂ ਆਇ ਤੇ ਕਿਹਾ ਯਾ ਮੋਲੀ ਨਾਲ ਜੋੜੇ ਵੀ ਇਹ ਕੰਮ ਮੈਂ ਕਰਾਸਾਂ ਔਰ ਅਸਾਂ ਵੋਟ ਚੌਧਰੀ ਕਮਰ ਕੀ ਅਥਾਜੇ ਦੇਨੇ ਰਹੇ ਆ ਸਾੜਾ ਮੋਲੀ ਨਾਲ ਕੋਈ ਕੰਮ ਨਹੀਂ ਹੋਇਆ ਅੱਛਾ ਤੁਸੀਂ ਚੌਧਰੀ ਕਮਰ ਉਹ ਜਿਹੜੇ ਖਵਾਸਾ ਵਾਲੇ ਉਹਨਾਂ ਨੇ ਆਖਰ ਨੇ ਪਰ ਉਹਨਾਂ ਨੇ ਜਿਹੜਾ ਨਾ ਕਿ ਆਦਤੀ ਚੋ ਸੱਚ ਯਾਸੀ ਨੇ ਕਿ ਵੋਟ ਦੇਣੇ ਰਹੇ ਆ ਪੀਪਲ ਪਾਰਟੀ ਕੀ ਵੋਟ ਦੇਣੇ ਪੀਪਲ ਪਾਰਟੀ ਦੀ ਵੋਟ ਦੇਣੇ ਰਹੇ ਆ ਬਿਲਕੁਲ ਅਸਾਂ ਜਿਹੜਾ ਵੀ ਕੰਮ ਇਸ ਤੇ ਗਿਆ ਚੌਧਰੀ ਕੰਬਰ ਕੀ ਆ ਖਿਆ ਵੇ ਸਾੜਾ 1 ਕੰਮ ਐ ਸਾੜਾ ਫਿਸ਼ ਫਾਰਮ ਬਣਤਾ ਇਹ ਵੀ ਸਾੜਾ ਨੁਕਸਾਨ ਆ ਸਾੜਾ ਘਰਾਟ ਮਤ ਪ੍ਰਭਾਵ ਹੋਇਆ ਇਹ ਚੌਧਰੀ ਯਾਸੀ ਨੇ ਜ਼ਰੇ ਨਗਰਾਨੀ ਚੋ ਸਾੜਾ ਨੁਕਸਾਨ ਤੇ ਜਿਹੜਾ ਦੂਸਰਾ ਕੰਮ ਐ ਇਹ ਰਥੋਚੀ ਸਮਾਲਾ ਇਹ ਸਾਡਾ ਰਸਤਾ ਆ ਅਸਾਂ ਜਾਣੇ ਆ ਇਹ ਨਾਲਾ ਚੜਿਆਣਾ ਅਸਾਂ ਗੁਲਪੁਰ ਚ ਫਰੀ ਤਾਂ ਅਸਾਂ ਜਾਣੇ ਆ ਇਹ ਜੇ ਪੁਲੀ ਬਣਤੀ ਵੈ ਸਾੜੀ ਅਸਾਂ ਤੋਂ ਸਾਨੀ ਨਾ ਜਾ ਸਕਨੇ ਆ ਇਹ ਐਸੇ ਰਸਤਾ ਸੜਾ ਕਿਤਨੇ ਅਰਸੇ ਤੋਂ ਸਾਡੇ ਪਿਓ ਦਾਦੇ ਤੋਂ ਨਾਲੇ ਕਰਾਸ ਕਰੀ ਤਾਂ ਪਾਰ ਜਾਣੇ ਰੇ ਕਿਆਂ ਅਸਾਂ ਜਲੇ ਪਾਰ ਕੋਈ ਕਮੀ ਪੇਸ਼ੀ ਵੈ ਮਾਤਮਦਾਰੀ ਵੈ ਅਸਾਂ ਸਾਰੀਆਂ ਮਾਵਾਂ ਪੈਣਾ ਇਤੋਂ ਕਿਸ ਤਰ੍ਹਾਂ ਪਾਰ ਚੜੀਦਾ ਜਾਣ ਅਸਾਂ ਵੋਟ ਦੇਣੇ ਨਾ ਉਹਨਾਂ ਕਾ ਫਾਇਦਾ ਅਸਾਂ ਕੀ ਹੋਇਆ ਇਨਾਂ ਦੀਆਂ ਗੱਲਾਂ ਸੁਣੀਆਂ ਕਿ ਇਹ ਜਿਹੜਾ ਕਿੱਸਾ ਜਜ਼ਬਾਤ ਵਿੱਚ ਉਹ ਆਪਣੀਆਂ ਗੱਲਾਂ ਬਾਣੇ ਪੇ ਤਾਂ ਉਹਨਾਂ ਇੱਕ ਹੋਰ ਭਾਈ ਹੋਰੇ ਮੌਜੂਦ ਹੈ ਤੁਸੀਂ ਇਸ ਸਵਾਲੇ ਨਾਲ ਕੀ ਆਖਣੇ ਹੋ ਜੀ ਬismillahirrahmani rahimi ਅਸਾਂ ਇਸ ਸਵਾਲੇ ਨਾਲ ਭਾਈ ਸਾਹਿਬ ਇਹ ਗੱਲ ਆਖਣੇ ਆ ਕਿ ਅਸਾਂ ਕੀ ਅਰਸਾ ਦਰਾਜ਼ ਹੈ ਆਸਾਂ ਦੇ ਆਬਾ ਜਦਾਦ ਗੁਜ਼ਰੀਗੇ ਇਸ ਮੌਕੇ ਵਿੱਚ ਜਿਹੜਾ ਕਿ ਉਹਨਾਂ ਦੇ ਇਲੈਕਸ਼ਨ ਵਿੱਚ ਵੋਟਾਂ ਦੇ ਨੇ ਰੇ ਉਹਨਾਂ ਕੋਲ ਜਾਣੇ ਰੇ ਅਸਾਂ ਵੀ ਜਾਣੇ ਰਿਆਂ ਆਸਾਨੀ ਜਿਹੜੀ ਨੂਨ ਲੀਗ ਨੇ ਹਕੂਮਤ ਦੀ ਹੈ ਉਸਨੀ ਹਕੂਮਤ ਹੀ ਜਾਸਾਂਗੀ ਇਹ ਆਹ ਹੈ ਆ ਗਿਆ ਕਿ 93-24 ਸਾਲਾਂ ਵਿੱਚ ਕਿ ਆ ਤੁਸਾਂ ਦੀ ਸਕੀਮ ਮਨਜ਼ੂਰ ਹੋਏਗੀ ਜਾਂ ਤੁਸਾਂ ਦੀ ਪੁਲੀ ਮਨਜ਼ੂਰ ਹੋਏਗੀ ਜੀ ਤੁਸਾਂ ਨੇ ਪੈਸੇ ਮਨਜ਼ੂਰ ਹੋਏਗੇ ਇਸ ਵਕਤ ਤੱਕ ਕੁਝ ਵੀ ਨਹੀਂ ਹਾਲਾਂਕਿ ਆਸਾਂ ਨੇ ਐਸੇ ਲੀਡਰ ਹੈ ਕਿ ਜਿਹੜੇ ਆਸਾਂ ਨੇ ਵਾਲਦਿਆਂ ਦੇ ਜਨਾਜ਼ਿਆਂ ਵਿੱਚ ਵੀ ਹਾਜ਼ਰ ਨਹੀਂ ਹੋਈ ਸਕਨੇ ਅਸਾਂ ਇਨ੍ਹਾਂ ਲੀਡਰਾਂ ਕੀ ਵੋਟ ਦੇ ਦਾਂਗੇ ਹੁਣ ਇਨ੍ਹਾਂ ਕੋਲ ਕਿਆ ਮਫਾਦ ਆਸਾਂ ਕੀ ਕੋਈ ਮਫਾਦ ਨਹੀਂ ਇਹ ਨਾਲਾ ਤੱਕ ਤੁਸਾਂ ਇਸ ਨਾਲੇ ਕੀ ਜਦੋਂ ਅਸਾਂ ਪਾਰ ਕਰਨੇ ਆ ਅਸਾਂ ਇਨ੍ਹਾਂ ਆਪਣੇ ਬੱਚਿਆਂ ਕੀ ਇਸ ਤਰ੍ਹਾਂ ਵਸਾਣਾ ਸਕੂਲ ਇਸੇ ਤਰ੍ਹਾਂ ਆਸਾਂ ਦੀ ਮਸਜਿ ਜਿਸ ਮਰਜ਼ੀ ਸਾਰੇ ਬੱਚੇ ਪੜਨੇ ਜਿਸ ਸਕੂਲ ਹੀ ਸਾਰੇ ਬੱਚੇ ਇਸ ਤਰਫ ਔਰ ਜਦੋਂ ਸਕੂਲ ਆ ਇਸ ਗਰਾਉਂਡ ਆ ਉਹ ਇਸ ਨਾਲੇ ਨੇ ਦੂਈ ਸਾਈਡ ਪੁਰਾ ਦੂਈ ਸਾਈਡ ਪੁਰਾ ਤੇ ਲੈ ਤੁਸਾਂ ਨੇ بارش ਵਗੈਰਾ ਹੋਣੀ ਤਾਂ ਤੁਸਾਂ ਨੇ ਬੱਚੇ ਸਕੂਲ ਨਹੀਂ ਜਾ ਸਕਣੇ ਭਾਈ ਸਾਹਿਬ ਜਦੋਂ ਇਹ ਨਾਲਾ ਇਤਨਾ ਜ਼ਿਆਦਾ ਹੋ ਜਾਣਾ 2 ਮਹੀਨੇ ਅਗਰ ਇਹ ਨਾਲਾ ਰਹਿਣਾ ਜਿਸੀ ਸਾਵਣ ਪਾ ਦਿਓ ਆਹਨੇ ਆਸਾਂ ਨੇ ਬੱਚੇ ਨਹੀਂ 2-2 ਮਹੀਨੇ ਸਕੂਲਾਂ ਵਿੱਚ ਛੁੱਟੀਆਂ ਹੋਣੀਆਂ ਮਸਜਿਦਾਂ ਵਿੱਚ 2-2 ਮਹੀਨੇ ਛੁੱਟੀਆਂ ਹੋਣੀਆਂ ਫਿਰ ਜਿਹੜਾ ਤੁਸਾਂ ਨੂੰ ਕੋਈ ਬੰਦਾ ਬਿਮਾਰ ਹੋਣਾ ਸੀ ਕੋਈ ਮਰਨਾ ਹੋ ਸੀ ਤੇ ਉਸ ਲੈ ਤੁਸਾਂ ਨਾ ਇਹ ਉਸ ਮੌਕੇ ਪਰ ਤੁਸਾਂ ਨੇ ਕੀ ਮੁਸ਼ਕਲਾਂ ਪਰ ਉਸ ਨਾ ਹੀ ਹੈ ਕਿ ਉਹ ਕਾਰੀ ਮਰਸੀ ਉਹਦਾ ਡਾਕਟਰ ਕੋਲ ਜਾ ਹੀ ਨਹੀਂ ਸਕਣਾ ਇਹ ਦੋ ਗਰਾਉਂਦੋ ਦੋ ਗਰਾ ਰਾਰ ਇੱਕ ਪਾਰ ਇਨਾਂ ਦੋ ਵਸਤੇ ਇਹ ਮੁਸ਼ਤਰੀਕ ਆ ਲੇਕਿਨ ਅੱਲਾਹ ਤਾਲਾ ਉਹਨਾਂ ਦੀ ਜ਼ਿੰਦਗੀ ਦੇਮ ਭਾਈ ਫਾਰੂਖ ਨੇ ਬਚੇ ਕੀ ਕਿ ਉਹਨਾਂ ਇਹ ਗੱਲ ਆਹੀ ਕਿ ਆ ਗਰਾਸਾਂ ਨੇ ਦਾਦੀ ਦਾਦਾ ਇਸ ਨਾਲੇ ਚ ਇਤਨੇ ਮੁਸ਼ਕਿਲਾਂ ਗੁਜ਼ਰਨੇ ਰੇ ਤਾਂ ਆਸਾਂ ਉਹਨਾਂ ਨੇ ਨਾਣੀ ਪੋਲੀ ਬਣਾਸਾਂ ਤਾਂ ਕਿ ਅਮਤ ਆਸਾਂ ਕੀ ਸਵਾਬ ਲੱਭਸੀ ਔਰ ਉਹਨਾਂ ਕੀ ਵੀ ਸਵਾਬ ਲੱਭਸੀ ਅੱਛਾ ਇਹ ਜਿਹੜਾ ਪੂਲੀ ਬਣਵਾਣੇ ਪਏ ਭਾਈ ਫਾਰੂਕ ਔਰ ਉਹਨਾਂ ਨੇ ਬੱਚੇ ਜਿਹੜਾ ਨਾ ਆਪਣੀ ਜੇਬ ਵਿੱਚ ਖਰਚਾ ਕਰੀ ਤਾਂ ਬਣਵਾਣੇ ਪਏ ਆਪਣੀ ਜੇਬ ਵਿੱਚ ਖਰਚਾ ਕਰੀ ਆਪਣੀ ਦਾਦੀ ਦਾਦੇ ਨੇ ਨਾ ਨਹੀਂ ਬਣਵਾਣੇ ਪਏ ਔਰ ਉਹਨਾਂ ਉਸ ਤੋਂ ਬਾਅਦ ਆਇਆ ਕਿ ਅਗਰ ਪੂਲੀ ਤਿਆਰ ਹੋਈ ਜਾਸੀ ਉਸ ਤੋਂ ਬਾਅਦ ਦੁਆ ਕਰਨੀ ਕਿ ਜਿਤਨੇ ਆਸਾਂ ਨੇ ਮੱਲੇ ਨੇ ਬੰਦੇ ਫੋਤ ਹੋ ਗਏ ਉਹਨਾਂ ਨੇ ਨਾ ਨਹੀਂ ਸਾਰਿਆਂ ਨੇ ਦੁਆ ਮੰਗਾਈ ਤਾਂ ਪੂਲੀ ਕੀ ਗੱਡੀ ਪਾਰ ਕਰਨੀ ਤੇ ਇਹ ਜਿਹੜਾ ਤੁਸੀਂ ਆਖਰੀ ਜਿਹੜੇ ਹਲਕੇ ਨੇ ਲੀਡਰ ਦੇ ਉਹਨਾਂ ਕਿਸਾ ਵੋਟ ਦੇਣੇ ਰਹੇ ਹੋ ਉਹਨਾਂ ਨੇ ਹਵਾਲੇ ਨਾਲ ਤੁਸਾਂ ਕਾ ਪੇਗਾਮ ਦੇਸੋ ਉਹਨਾਂ ਨੇ ਹਵਾਲੇ ਨਾਲ ਅਸਾਂ ਕੋਈ ਪੇਗਾਮ ਨਹੀਂ ਦੇ ਸਕਨੇ ਹੁਣ ਅਸਾਂ ਕੋਲ ਪੇਗਾਮ ਬਚਿਆ ਹੀ ਕੋਈ ਨਹੀਂ ਕਿ ਅਸਾਂ ਉਹਨਾਂ ਕੀ ਉਹਨ ਕੋਈ ਪੇਗਾਮ ਦਿਆਂ ਕਿ ਅਸਾਂ ਆਂ ਗਿਆ ਅਸਾਂ ਕੀ ਪੁਲ ਬਣਾਈ ਦਿਓ ਅਸਾਂ ਇਹ ਮਿਹਨਤ ਮਸਲਾ ਹੈ ਅਸਾਂ ਖੁਦ ਕਰਨੇ ਪਏ ਆ ਇਸ ਤੋਂ ਬਾਅਦ ਅਸਾਂ ਕੀ ਹੋਰ ਕੋਈ ਪਰੇਸ਼ਾਨੀ ਲਈ ਗੱਲ ਹੀ ਕੋਈ ਨਹੀਂ ਅਸਾਂ ਕੋਲ ਉਹਨੇ ਕੁਝ ਨਹੀਂ ਚਾਹੀਦਾ ਰੋਡ ਆਪਣੀ ਜੇ ਬੀਚੂ ਬਣਾਈ ਫਿਸ਼ ਫਾਰਮ ਬੰਨਤਾ ਤਾਂ ਉਹਨਾਂ ਦੀ ਮਿਹਰਬਾਨੀ ਹੈ ਕਿ ਉਹਨਾਂ ਕੰਕਰੀਟ ਭਾਈ ਦਾ ਸਾਡੀ ਰੋਡ ਤਿਆਰ ਹੋਏਗੀ ਤਾਂ ਪੁਲੀ ਅਸਾਂ ਆਪੂ ਬਣਾਣੇ ਪਏ ਆ ਆਪ ਨਾਜ਼ਰੀਨ ਇਹਨਾਂ ਨੇ ਸੋਂ ਗੱਲਾਂ ਸੁਣੀਆਂ ਸਾਰੇ ਬੰਦੇ ਜਿਹੜੇ ਕਿ ਉਹ ਆਣੇ ਕਿ ਅਸਾਂ ਇਸ ਲਈ ਤੁਹਾਡੀ ਵੋਟ ਦੇਣੇ ਰਹੇ ਆ ਸਾਡਾ ਕੋਈ ਹੋਰ ਮਤਾਲਬਾ ਨਹੀਂ ਸੀ ਜਿਹੜੇ ਆਰ ਪਾਰ ਜਿਹੜੇ ਨਾਲੇ ਨੇ ਲੋਕ ਆਬਾਦ ਸੇ ਉਹ ਇਹ ਗੱਲ ਆਖਣੇ ਕਿ ਅਸਾਂ ਜਿਹੜੇ ਸਿਆਸੀ ਲੀਡਰ ਹੈ ਜਿਨ੍ਹਾਂ ਕਿ ਅਸਾਂ ਵੋਟ ਦੇਣੇ ਰਹੇ ਆ ਉਹਨਾਂ ਕੋਲ ਅਸਾਂ ਕਈ ਦਫਾ ਗਏ ਆ ਕਿ ਅਸਾਂ ਨਾ ਇੱਕਾ ਮੋਣਾ ਚਾਹੀਨਾ ਉਹ ਅਸਾਂ ਕਿ ਲਾਲੀ ਪਾਪ ਦੇਣੇ ਰਹੇ ਅੱਜ ਨਹੀਂ ਤਾਂ ਕੱਲ ਸੋਂ ਨਾ ਕੰਮ ਹੋਈ ਜਾਸੀ ਲੇਕਿਨ ਉਸਨੇ ਉਸਨੇ ਬਾਵਜੂਦ ਜਿਹੜਾ ਨਾ ਇਹ ਕੰਮ ਨਹੀਂ ਹੋਇਆ ਮੁਕੰਮਲ ਤਾਂ ਉਹਨ ਜਿਹੜੇ ਇੱਥੇ ਜਿਹੜੇ ਭਾਈ ਫਾਰੂਕ ਕਰੇ ਇਹ ਇੰਗਲੈਂਡ ਹੀ ਚੋਣੇ ਤਾਂ ਉਹ ਤਾਂ ਉਹਨਾਂ ਨੇ ਬੱਚੇ ਜਿਹੜਾ ਨਾ ਆਪਣੀ ਦੇਭ ਚ ਖਰਚਾ ਕਰੀ ਤੇ ਇਹ ਦੱਸਣਾ ਕਿ 12 ਤੋਂ 15 ਲੱਖ ਰੁਪਇਆ ਇਸ ਜਿਹੜਾ ਪੁਲੀ ਹੈ ਇਸ ਦੇ ਉੱਪਰ ਖਰਚ ਹੋਸੀ ਤੇ ਜਿਹੜੇ ਉਸ ਨਾਲੇ ਨੂੰ ਦੋ ਸਾਈਡ ਪਰ ਲੋਕ ਰਹੇ ਨੇ ਉਹਨਾਂ ਦੀ ਜਿਹੜੀਆਂ ਮੁਸ਼ਕਲਾਂ ਤੀਆਂ ਇਹ ਪੁਲੀ ਬਣਨ ਨਾਲ ਉਹਨਾਂ ਦਾ ਹੱਲ ਹੋਈ ਜਾਂਸੀ ਤੇ ਇਹਨਾਂ ਦੀ ਤਰਫੋਂ ਇਹ ਜਿਹੜੇ ਹਲਕੇ ਚਾਰ ਨੇ ਜਿਹੜੇ ਹਲਕਾ ਜਿਹੜਾ ਛੜੋਈ ਹੈ ਪੰਜ ਨੇ ਜਿਹੜੇ ਸਾਰੇ ਮਤਵਾਰ ਐਮ ਐਲ اے ਉਹਨਾਂ ਨੇ ਨਾ ਇਹ ਪੇਗਾਮਾ ਕਿ ਅੱਜ ਤੋੜ ਤੋੜ ਅਸੀਂ ਜਿਹੜੇ ਮੂਲੀ ਨੇ ਗ੍ਰਾਂਡ ਨੇ ਲੋਕਾਂ ਅਸੀਂ ਤੁਸਾਂ ਕੀ ਵੋਟ ਦੇਣੇ ਰਹਾਂ ਲੇਕਿਨ ਅੱਜ ਤੜ ਤੋੜ ਸਾਲਾ ਕੋਈ ਕੰਮ ਨਹੀਂ ਆਇਆ ਅਛਨੇ ਵਾਲੇ ਵਕਤ ਵਿੱਚ ਅਛਨਲ ਜਿਹੜਾ ਇਲੈਕਸ਼ਨ ਆ ਉਸਨੇ ਇਸ ਨਾਲ ਤੁਸਾਂ ਕੀ ਭਰਪੂਰ ਜਵਾਬ ਦਿੱਤਾ ਜਾਂ ਸੀ ਕਿ ਸਾਰਾ ਜਿਹੜਾ ਵੋਟ ਆ ਉਹ ਕਿਤਨਾ ਕੀਮਤੀ ਆ ਔਰ ਕਿਤਨਾ ਉਹ ਤੁਸਨੇ ਜਿਹੜਾ ਨਾ ਤੁਸਾਂ ਹਸਤੇ ਅਹਿਮੀਅਤ ਰੱਖਣਾ ਤਾਂ ਉਹ ਤੁਸਾਂ ਕੋਲ ਇਜਾਜ਼ਤ ਕਿੰਨਾਂ ਤੇ ਇਹ ਦੁਬਾਰਾ ਇਹ ਕੰਮ ਦੂਏ ਮਰਲੇ ਜਾਂ ਤੀਸਰੇ ਮਰਲੇ ਸ਼ੁਰੂ ਹੋ ਸੀ ਦੁਬਾਰਾ ਤੁਸਾਂ ਕੀ ਇਹ ਦੁਬਾਰਾ ਆਪ ਜਿਹੜਾ ਨਾ ਤਾਜ਼ਾ ਤਰੀਨ ਜਿਹੜੀ ਸੁਰੂਤ ਆ ਲਈ ਉਹ ਦੱਸਾਂ ਕਿ ਕਿਤਨਾ ਕੰਮ ਹੋਇਆ ਕਿਤਨਾ ਖਰਚਾ ਆਇਆ ਤਾਂ ਉਸਦੀ ਬਾਤ ਜਿਹੜਾ ਨਾ ਜਿਹੜੀ ਆ ਤੇ ਤੁਸਾਂ ਜਿਹੜੇ ਤਕਣੇ ਆ ਲਿਓ ਇਸਵਾਲ ਨਾਲ ਉਹ ਵੀ ਆਪਣੀ رائے ਦੇਸੋ ਕਿ ਜਿਹੜੇ ਸਾਰੇ ਲੀਡਰ ਹੋਣੇ ਆ ਅਸਾਂ ਉਹਨਾਂ ਕੀ ਵੋਟ ਦੇਣੇ ਆ ਮੁਨਤੀਬ ਕਰਨੇ ਆ ਅਸੈਂਬਲੀਆਂ ਹੀ ਭੇਜਣੇ ਆ ਕਿ ਸਾਰੇ ਜਿਹੜੇ ਮਸਾਇਲੇ ਉਹਨਾਂ ਨਾਲ ਹੱਲ ਹੋਵੇ ਲੇਕਿਨ ਉਸਨੇ باوجود ਅਗਰ ਉਹਨਾਂ ਨਾਲ ਹੱਲ ਨਹੀਂ ਹੋਣਾ ਅਸਾਂ ਆਪਣੀ ਜੇਬ ਵਿੱਚੋਂ ਖਰਚਾ ਕਰੀ ਤੇ ਸਾਰੇ ਆਪਣੇ ਜਿਹੜੇ ਕੰਮ ਹੈ ਆਪਣੇ ਜਿਹੜੇ ਮਸਾਇਲੇ ਹੱਲ ਕਰਾਂ ਤਾਂ ਫਿਰ ਅਸਾਂ ਕੀ ਉਹਨਾਂ ਲੀਡਰਾਂ ਦਾ ਕਾਹ ਫਾਇਦਾ ਆ